ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਪੰਜਾਬ ਦੇ ਲੋਕ ਗੀਤ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ, ਜੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਤਾਂ ਚੱਲੀਏ ਵੀਡੀਓ ਸ਼ੁਰੂ ਕਰਦੇ ਹਾਂ। ਪੰਜਾਬ ਦੇ ਲੋਕ ਗੀਤ, ਪੰਜਾਬ ਲੋਕ ਗੀਤਾਂ ਦੀ ਧਰਤੀ, ਪੰਜਾਬ ਲੋਕ ਗੀਤਾਂ ਦੀ ਜਰਖੇਜ਼ ਧਰਤੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਲੋਕ ਗੀਤਾਂ ਵਿੱਚ ਪੈਦਾ ਹੁੰਦਾ ਹੈ, ਲੋਕ ਗੀਤਾਂ ਵਿੱਚ ਜਵਾਨ ਹੁੰਦਾ ਹੈ ਅਤੇ ਬੁੱਢਾ ਹੋ ਕੇ ਲੋਕ ਗੀਤਾਂ ਵਿੱਚ ਹੀ ਮਰ ਜਾਂਦਾ ਹੈ। ਇਸ ਤਰ੍ਹਾਂ ਲੋਕ ਗੀਤਾਂ ਦਾ ਸੰਬੰਧ ਪੰਜਾਬ ਦੀ ਸਮੁੱਚੀ ਜੀਵਨ ਜਾਂਚ ਅਤੇ ਸੱਭਿਆਚਾਰ ਨਾਲ ਹੈ। ਲੋਕ ਗੀਤਾਂ ਦੀ ਰਚਨਾ, ਲੋਕ ਗੀਤਾਂ ਦੀ ਰਚਨਾ ਕੋਈ ਵੀ ਵਿਸ਼ੇਸ਼ ਕਵੀ ਨਹੀਂ ਕਰਦਾ, ਸਗੋਂ ਇਹ ਆਮ ਲੋਕਾਂ ਦੇ ਮਨੋਭਾਵ ਹੁੰਦੇ ਹਨ ਜੋ ਲੋਕ ਗੀਤਾਂ ਦਾ ਰੂਪ ਧਾਰ ਕੇ ਸਮਾਜ ਸੱਭਿਆਚਾਰ ਵਿੱਚ ਫੈਲ ਜਾਂਦੇ ਹਨ। ਇਸੇ ਪ੍ਰਕਾਰ ਲੋਕ ਗੀਤਾਂ ਦਾ ਜਨਮ ਮਨੁੱਖੀ ਸੱਭਿਅਤਾ ਨਾਲ ਹੋਇਆ ਅਤੇ ਇਹਨਾਂ ਦਾ ਨਿਰੰਤਰ ਦਰਿਆ ਵਹਿ ਰਿਹਾ ਹੈ। ਬੇਜੋੜ ਕਾਲਪਨਿਕ ਉਡਾਰੀ, ਲੋਕ ਗੀਤਾਂ ਵਿੱਚ ਇਹਨਾਂ ਰਚਨਾਤਮਕ ਹਾਰਿਆਂ ਵਰਗੀ ਸਾਦਗੀ, ਸਰਲਤਾ, ਆਪ ਮੁਹਾਰਾਪੰਥੀ ਅਲਬੇਲਾਪਨ ਹੁੰਦਾ ਹੈ, ਪਰ ਇਹਨਾਂ ਵਿਚਲੀ ਸਾਦਗੀ, ਅੰਦਰੂਨੀ ਭਾਵ ਅਤੇ ਕਲਪਨਾ ਦਾ ਬੇਜੋੜ ਸਮੋਲ ਹੁੰਦਾ ਹੈ। ਜਿਵੇਂ ਇਹ ਲੋਕ ਗੀਤ ਹੈ, ਕੁੰਡ ਕੱਢ ਲੈ ਪੱਤਣ 'ਤੇ ਖੜੀਏ, ਪਾਣੀਆਂ ਨੂੰ ਅੱਗ ਲੱਗ ਜੂ। ਲੋਕ ਗੀਤਾਂ ਦੇ ਰੂਪ, ਲੋਕ ਗੀਤ ਕਈ ਰੂਪਾਂ ਵਿੱਚ ਵਿਚਰਦੇ ਹਨ। ਲੋਕ ਗੀਤਾਂ ਦਾ ਸੰਬੰਧ ਖੁਸ਼ੀ ਗਮੀ ਦੇ ਮੌਕਿਆਂ ਨਾਲ, ਖੇਡਾਂ ਅਤੇ ਰੀਤਾਂ ਰਸਮਾਂ ਨਾਲ ਹੁੰਦਾ ਹੈ। ਪੰਜਾਬ ਵਿੱਚ ਗੀਤ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੇ ਹਨ। ਬਚਪਨ ਦੇ ਗੀਤਾਂ ਵਿੱਚੋਂ ਪੁੱਤਰ ਦੇ ਜਨਮ, ਚਾਅ, ਖੁਸ਼ੀ ਅਤੇ ਸਧਰਾਂ ਬਿਆਨ ਕੀਤੀਆਂ ਹੁੰਦੀਆਂ ਹਨ। ਬਚਪਨ ਦੇ ਲੋਕ ਗੀਤ, ਜਨਮ ਪਿੱਛੋਂ ਬੱਚਾ ਜ਼ਰਾ ਤਕੜਾ ਹੁੰਦਾ ਹੈ, ਮਾਂ ਘਰ ਦੇ ਕੰਮਕਾਰ ਕਰਨ ਲਈ ਬੱਚੇ ਨੂੰ ਸਵਾਉਣ ਵਾਸਤੇ ਲੋਰੀ ਗਾ ਕੇ ਸੁਣਾਉਂਦੀ ਹੈ। ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ, ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀਆਂ ਵੱਟੇਗੀ, ਬਾਵੀ ਮਨ ਪਕਾਵੇਗੀ, ਬਾਵਾ ਬੈਠਾ ਖਾਵੇਗਾ। ਤਿਉਹਾਰਾਂ ਬਾਰੇ ਲੋਕ ਗੀਤ, ਜ਼ਰਾ ਜਵਾਨ ਹੋਣ 'ਤੇ ਮੁੰਡੇ ਅਤੇ ਕੁੜੀਆਂ ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਗੀਤ ਗਾਉਂਦੇ ਹਨ। ਲੋਹੜੀ, ਬਸੰਤ ਰੁੱਤ, ਬਰਸਾਤ ਦੀ ਰੁੱਤ ਅਤੇ ਤ੍ਰਿੰਝਣ ਨਾਲ ਸੰਬੰਧਿਤ ਗੀਤਾਂ ਦੇ ਅਨੇਕਾਂ ਨਮੂਨੇ ਪੰਜਾਬੀ ਲੋਕ ਗੀਤਾਂ ਵਿੱਚ ਮਿਲਦੇ ਹਨ। ਵਿਆਹ ਸੰਬੰਧੀ ਲੋਕ ਗੀਤ, ਮੁੰਡੇ ਕੁੜੀ ਦੇ ਜਵਾਨ ਹੋਣ 'ਤੇ ਉਹਨਾਂ ਦਾ ਵਿਆਹ ਧਰਿਆ ਜਾਂਦਾ ਹੈ ਤਾਂ ਘਰ ਗੀਤਾਂ ਨਾਲ ਭਰ ਜਾਂਦਾ ਹੈ। ਕੁੜੀ ਦੇ ਵਿਆਹ 'ਤੇ ਸੁਹਾਗ ਅਤੇ ਮੁੰਡੇ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਹਨ। ਸਾਰੇ ਸ਼ਗਨ ਇਹਨਾਂ ਗੀਤਾਂ ਵਿੱਚ ਪ੍ਰਗਟ ਹੁੰਦੇ ਹਨ। ਮੁਟਿਆਰਾਂ, ਅੱਧ ਖੜ ਬੁੱਢੀਆਂ ਅਤੇ ਨੱਢੀਆਂ ਸਭ ਗਿੱਧੇ ਵਿੱਚ ਨੱਚਦੀਆਂ ਹਨ। ਵਿਆਹ ਦੇ ਦਿਨ ਦਾਦਕਿਆਂ ਅਤੇ ਨਾਨਕਿਆਂ ਦੀ ਨੋਕ ਚੋਕ ਖੂਬ ਰੰਗ ਵਿਖਾਉਂਦੀ ਹੈ। ਅਸੀਂ ਹਾਜ਼ਰ ਖੜੀਆਂ ਨੀ ਜੀਤੋ ਤੇਰੀਆਂ ਨਾਨਕੀਆਂ, ਸਭ ਉੱਧਰ ਗਈਆਂ ਨੀ ਜੀਤੋ ਤੇਰੀਆਂ ਦਾਦਕੀਆਂ। ਜਨ ਜਾਣ 'ਤੇ ਸਭ ਮੁਟਿਆਰਾਂ ਅਤੇ ਔਰਤਾਂ ਜਾਂਝੀਆਂ ਨੂੰ ਸਿੱਠਣੀਆਂ ਦਿੰਦੀਆਂ ਹਨ। ਜਾਂਝੀ ਆਏ ਗੜੱਪੂ ਆਏ, ਸਾਰੇ ਰੋਟੀ ਖਾ ਨਹੀਂ ਗਏ। ਸਾਰਾਂਸ਼, ਅਸੀਂ ਵੇਖਦੇ ਹਾਂ ਕਿ ਲੋਕ ਗੀਤਾਂ ਵਿੱਚ ਪੰਜਾਬੀ ਜੀਵਨ ਦੀ ਸਮੁੱਚਤਾ ਦੇ ਲੱਛਣ ਉਜਾਗਰ ਹੁੰਦੇ ਹਨ। ਉਹਨਾਂ ਵਿੱਚ ਸਾਡੀਆਂ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਇਤਿਹਾਸਕ ਘਟਨਾਵਾਂ ਦਾ ਬਿਆਨ ਬੜਾ ਸੁੰਦਰ ਮਿਲਦਾ ਹੈ। ਲੋਕ ਗੀਤਾਂ ਦੀ ਸਾਹਿਤਕ ਪੱਖ ਤੋਂ ਵੀ ਬੜੀ ਮਹਾਨਤਾ ਹੈ। ਤਾਂ ਇਹ ਸੀਗਾ ਲੇਖ ਪੰਜਾਬ ਦੇ ਲੋਕ ਗੀਤਾਂ 'ਤੇ ਪੰਜਾਬੀ ਵਿੱਚ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।